ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੂੰ ਚਨੇਕ ਸਿੰਘ ਪਿੰਕਾ ਜਥੇਦਾਰ ਟੀਵੀ ਤੋਂ। ਅੱਜ ਅਸੀਂ ਤੁਹਾਨੂੰ ਮੁੱਦਲ ਸਾਹਿਬ ਦੇ ਕੋਲ ਮਿਲਾਇਆ ਹੈ, ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ। ਵੀਡੀਓ ਦੇ ਸਾਥ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਸੀਗਾ ਵੀ ਜਿਹੜੇ ਲੋਕ ਮਿਲਣ ਆਏ ਸੀਗੇ ਉਹ ਹੈ ਇਹ ਆਪਣੇ ਅਰੋੜਾ ਜੀ। ਅਰੋੜਾ ਜੀ ਸੇ ਔਰ ਮੁੱਦਲ ਜੀ ਸੇ ਪਹਿਲੇ ਬਾਤ ਕਰ ਲੈਤੇ ਹੈ ਕਿ ਮੁੱਦਲ ਜੀ ਕਿਆ ਹੋਇਆ, ਕੈਸੇ ਹੋਇਆ? ਬੇਸਿਕਲੀ ਦੇਖੋ ਜੀ, ਇਹਨਾਂ ਦੇ ਸਵੇਰੇ ਇੱਕ ਮੈਂ ਵੀਡੀਓ ਦੇਖੀ ਸੀਗੀ ਕਿ ਜਿਹੜੇ ਕਿ ਵਟਸਐਪ ਗਰੁੱਪਾਂ ਦੇ ਉੱਤੇ ਆਈ ਸੀਗੀ, ਅਤੇ ਕੁਛ ਮੇਰੇ ਵੀ ਇਹ ਗਰੁੱਪ ਦੇ ਵਿੱਚ ਜਿਹੜੇ ਹੈਗੇ ਨਾ, ਇਹ ਕਿਤੇ ਨਾ ਕਿਤੇ ਇਹ ਮੇਰੀ ਵੀਡੀਓ ਦੇਖਦੇ ਸੀਗੇ। ਅਤੇ ਇਹਨਾਂ ਨੇ ਮੈਨੂੰ ਵੀਡੀਓ ਵੀ ਪਾਈ ਹੈਗੀ, ਪਰਸਨਲ ਤੌਰ 'ਤੇ ਵੀਡੀਓ ਪਾਈ ਹੈਗੀ ਸੀਗੀ, ਅਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਮੇਰੀ ਟੈਲੀਫੋਨ 'ਤੇ ਵੀ ਗੱਲ ਹੋਈ ਸੀਗੀ। ਇਹਨਾਂ ਦਾ ਨਾਮ ਹੈਗਾ ਹਕੀਕਤ ਰਾਏ ਅਰੋੜਾ। ਇਹਨਾਂ ਨੇ ਮੈਨੂੰ ਫਿਰ ਜਦੋਂ ਸਾਰਾ ਬਿਆਨ ਦੱਸਿਆ ਕਿ ਬਈ ਇਸ ਤਰ੍ਹਾਂ ਕਰਕੇ ਬਈ ਮੈਂ ਸਵੇਰੇ ਗੁਰਦੁਆਰੇ ਬੰਗਲਾ ਸਾਹਿਬ ਗਿਆ ਸੀਗਾ, ਅਤੇ ਬੰਗਲਾ ਸਾਹਿਬ ਮੈਂ ਗਿਆ ਅਤੇ ਮੈਂ ਪਹਿਲੇ ਬਾਹਰ ਸਿਕਿਉਰਿਟੀ ਗਾਰਡ ਨੇ ਮੈਨੂੰ ਇੱਕ ਪਰਚੀ ਦਿੱਤੀ, ਛੋਟੀ ਜਿਹੀ ਪਰਚੀ ਕੱਟ ਕੇ ਦਿੱਤੀ, ਅਤੇ ਉਹਦੇ 'ਤੇ 332 ਨੰਬਰ ਲਿਖ ਕੇ ਦੇ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਗਾਰਡ ਨੇ ਕਿਹਾ ਕਿ ਬਈ ਤੁਸੀਂ ਅੰਦਰ ਜਾ ਕੇ ਰਿਸੈਪਸ਼ਨ 'ਤੇ ਗੱਲ ਕਰੋ। ਰਿਸੈਪਸ਼ਨ 'ਤੇ ਜਦੋਂ ਕਹਿੰਦੇ ਨੇ ਮੈਂ ਗਿਆ, ਅਤੇ ਇਹਨਾਂ ਨੇ ਕਿਹਾ ਕਿ ਬਈ ਬਾਹਰ ਇੱਕ ਮੈਡਮ ਬੈਠੀ, ਮੈਡਮ ਨਾਲ ਗੱਲ ਕਰੋ। ਜਦੋਂ ਮੈਂ ਮੈਡਮ ਨੂੰ ਜਾ ਕੇ ਸਾਰਾ ਕੁਝ ਲਿਖਾਇਆ, ਆਪਣਾ ਨੰਬਰ ਦਿੱਤਾ, ਆਪਣਾ ਨਾਮ ਲਿਖਾਇਆ, ਅਤੇ ਮੈਡਮ ਨੇ ਮੈਨੂੰ ਇਹ ਗੱਲ ਕਹਿਤੀ ਕਿ ਬਈਆ ਇਸ ਤਰ੍ਹਾਂ ਕਰਕੇ ਬਈ ਇਹ ਤੁਸੀਂ ਜਿਹੜਾ ਹੈਗਾ ਨਾ ਤੁਹਾਡਾ ਜਿਹੜਾ 50 ਰੁਪਏ ਵਾਲਾ ਹੈਗਾ ਨਾ, ਇਹ ਤੁਹਾਡਾ ਅਸੀਂ 50 ਰੁਪਏ ਦੇ ਵਿੱਚ ਤੁਹਾਡੀ MRI ਅਸੀਂ ਨਹੀਂ ਕਰ ਸਕਦੇ, ਕਿ ਤੁਸੀਂ ਜਿਹੜਾ ਹੈਗਾ ਨਾ ਪ੍ਰਧਾਨ ਸਾਹਿਬ ਦੇ ਕੋਲੋਂ ਲਿਖਵਾ ਕੇ ਲਿਆਉਣਾ ਪਏਗਾ। ਇਹਨਾਂ ਨੇ ਮੈਨੂੰ ਸਵੇਰੇ ਟੈਲੀਫੋਨ 'ਤੇ ਗੱਲ ਕਹੀ ਕਿ ਮੈਂ ਇਹਨਾਂ ਨੂੰ ਕਿਹਾ ਕਿ ਬਈਆ ਤੁਸੀਂ 1450 ਰੁਪਏ ਕੀ ਆਪਣੇ ਇੱਕ ਪਰਚੀ ਬੋਲਾ ਸਾ ਕਿ 1450 ਰੁਪਏ ਆਪ ਲੈ ਕੇ ਤੁਹਾਨੂੰ ਮੇਰਾ MRI ਕਰ ਦਿਓ। ਇਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ ਉਹਨਾਂ ਨੇ 1450 ਰੁਪਏ 'ਤੇ ਸਾਫ ਮਨਾ ਕਰਤਾ ਕਿ ਬਈ ਅਗਰ ਆਪਣੇ 1450 ਰੁਪਏ ਦੇਣੇ ਆ, ਐਸਾ ਕੋਈ ਸਿਸਟਮ ਹਮਾਰੇ ਮੇਂ ਨਹੀਂ ਹੈ, ਅਗਰ ਆਪਣੇ ਕੋਈ ਕਰਾਉਣਾ ਹੈ ਤੋ ਆਪਕਾ ਤਕਰੀਬਨ 4 ਮਹੀਨੇ ਜੋ ਹੈ ਨਾ ਉਹ ਆਪਣਾ ਨੰਬਰ ਆਪਣੇ ਇਹੀ ਬੋਲਾ ਤਾ ਮੈਂ ਕੋਈ 4 ਮਹੀਨੇ ਲੱਗਣਗੇ, 4 ਮਹੀਨੇ ਲੱਗੇਗਾ। ਅਤੇ ਇਹਨਾਂ ਨੇ ਮੈਨੂੰ ਬੜੀ ਪਰੇਸ਼ਾਨ ਹੋ ਕੇ ਮੈਨੂੰ ਦੱਸਿਆ, ਔਰ ਮੈਂ ਜਦੋਂ ਇਹਨਾਂ ਦੀ ਪਰੇਸ਼ਾਨੀ ਦੇਖੀ ਤਾਂ ਮੈਂ ਸੋਚਿਆ ਕਿ ਬਈਆ ਮੈਂ ਪਰਸਨਲੀ ਇਹਨਾਂ ਦੇ ਘਰ ਆ ਕੇ, ਇਸ ਟਾਈਮ ਮੈਂ ਇਹਨਾਂ ਦੇ ਘਰ ਆਇਆ ਹੋਇਆ, ਠੀਕ ਹੈ ਨਾ, ਅਸ਼ੋਕ ਨਗਰ ਇਹਨਾਂ ਦੇ ਘਰ ਆਇਆ, ਹਕੀਕਤ ਰਾਏ ਜੀ ਬੈਠੇ ਨੇ, ਉਹਨਾਂ ਦੀ ਪਤਨੀ ਬੈਠੀ ਹੈ, ਇਹਨਾਂ ਦੇ ਦੋਤਰੀ ਬੈਠੀ ਹੈਗੀ ਇੱਥੇ, ਅਤੇ ਮੈਂ ਇਹਨਾਂ ਦੇ ਕੋਲੋਂ ਸਪੈਸ਼ਲੀ ਪੁੱਛਣ ਆਇਆ ਕਿ ਕਿਆ ਤੁਸੀਂ ਸਾਡੇ ਦਿੱਲੀ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕਿਆ ਬਦਨਾਮ ਤਾਂ ਨਹੀਂ ਕਰਦੇ ਫਿਰ? ਜੀ ਥੋੜ੍ਹਾ ਜਿਹਾ ਮੇਰਾ ਵੀ ਦਿਮਾਗ ਸੀਗਾ ਕਿ ਮੈਂ ਇਹ ਦੇਖਦਾ, ਮੈਂ ਦੇਖ ਰਿਹਾ ਸੀਗਾ ਕਿ ਕਿਆ ਇਹ ਸ਼ਖਸ ਵਾਕਈ ਉੱਥੇ ਗਏ ਨੇ, ਇਹਦਾ ਪੇਪਰ ਦਿਖਾਓ। ਇਹਨਾਂ ਨੇ ਫਿਰ ਮੈਨੂੰ ਜਦੋਂ ਪੇਪਰ ਦਿਖਾਏ ਨਾ, ਇਹ ਦੇਖੋ ਇਹ ਗੁਰੂ ਹਰਕ੍ਰਿਸ਼ਨ ਜਿਹੜੇ ਪੇਪਰ ਇਹਨਾਂ ਨੇ ਮੈਨੂੰ ਦਿਖਾਏ ਨੇ, ਕਹਿੰਦੇ ਤੁਸੀਂ OPD 'ਤੇ ਗਏ ਸੀਗੇ, ਇਹ OPD 'ਤੇ ਗਏ ਨੇ, ਇਹਨਾਂ ਨੂੰ ਸਾਰਾ ਕੁਝ ਦੱਸਿਆ ਗਿਆ। ਇਹ ਦੇਖੋ ਜੀ 7 ਤਰੀਕ ਅੱਜ ਦੀ ਤਰੀਕ ਹੈਗੀ 7/4, ਠੀਕ ਹੈ ਨਾ, ਕਿਉਂਕਿ ਮੈਨੂੰ ਵੀ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਕਿਤੇ ਗੁਰਦੁਆਰਾ ਕਮੇਟੀ ਨੂੰ ਕਿਤੇ ਬਦਨਾਮ ਕਰਨ ਦੀ ਕਿਤੇ ਕੋਸ਼ਿਸ਼ ਤਾਂ ਨਹੀਂ ਕੋਈ ਕਰ ਰਿਹਾ, ਮਗਰ ਅੱਜ ਮੈਂ ਜਦੋਂ ਇਹਨਾਂ ਦੇ ਕੋਲ ਆਇਆ ਵਾਂ ਤਾਂ ਸਾਫ਼ ਪਤਾ ਲੱਗਦਾ ਪਿਆ ਇਸ ਸ਼ਖਸ ਜਿਹੜੇ ਹੈਗੇ ਨੇ, ਹਕੀਕਤ ਅਰੋੜਾ ਐਕਸੀਡੈਂਟ ਹੋਇਆ ਸੀ ਇਹਨਾਂ ਦਾ, ਔਰ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਮੋਢੇ ਦੇ ਕਿੱਥੇ ਲੱਗੀ, ਤੁਹਾਡੇ ਮੋਢੇ ਦੇ, ਇੱਥੇ ਇਹਨਾਂ ਦੇ ਮੋਢੇ ਦੇ ਉੱਤੇ ਸੱਟ ਲੱਗੀ ਹੋਈ ਹੈ, ਔਰ ਇਹਨਾਂ ਨੇ ਕਿਹਾ ਕਿ MRI ਮੈਂ MRI ਕਰਾਉਣੀ ਹੈਗੀ, MRI, ਠੀਕ ਹੈ ਨਾ, ਔਰ MRI ਇਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਵੀਡੀਓ ਵੀ ਸੁਣੀ ਸੀਗੀ ਕਿ ਬਈ ਤੁਹਾਡੇ ਪ੍ਰਧਾਨ ਦੀ ਵੀ ਵੀਡੀਓ ਸੁਣੀ ਸੀਗੀ ਕਿ ਬਈ 50 ਰੁਪਏ 'ਚ MRI ਹੋਏਗੀ, ਅਤੇ ਜਦੋਂ MRI ਕਹਿੰਦੇ ਨੇ 50 ਰੁਪਏ 'ਚ ਨਹੀਂ ਹੋਣੀ, ਉਹਨਾਂ ਨੇ ਕਿਹਾ ਕਿ ਬਈ ਨਹੀਂ, ਗਰੀਬੀ ਰੇਖਾ ਤੋਂ ਥੱਲੇ ਜਿਹੜੇ ਬੰਦੇ ਹੋਣਗੇ ਉਹਨਾਂ ਦੀ MRI ਕਰਾਵਾਂਗੇ। ਇਹ ਸ਼ਖਸ ਹੈਰਾਨ ਇਹ ਹੋਇਆ, ਕਹਿੰਦਾ ਕਿ ਮੈਂ 1450 ਰੁਪਏ ਦੇਣ ਵਾਸਤੇ ਤਿਆਰ ਹੈਗਾ। ਉਹਨਾਂ ਨੇ ਕਿਹਾ ਕਿ ਨਹੀਂ ਜੀ ਨਹੀਂ, ਐਸਾ ਹਮਾਰੇ ਯਹਾਂ ਪਰ ਕੋਈ ਸਿਸਟਮ ਨਹੀਂ ਹੈਗਾ, ਅਗਰ ਆਪਨੇ 1450 ਰੁਪਏ ਕੀ ਕਰਾਉਣੀ ਵੀ ਹੈ, ਕਮ ਸੇ ਕਮ 4 ਮਹੀਨੇ ਬਾਅਦ ਆਪਕਾ ਨੰਬਰ ਆਏਗਾ। ਤਦ ਫਿਰ ਇਹਨਾਂ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਮੈਂ ਬੜਾ ਹੈਰਾਨ ਹੋਇਆ, ਅਤੇ ਮੈਂ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਵੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਜੇ ਸਾਡੇ ਕੋਲ ਅਗਰ ਇੱਕ MRI ਅਗਰ ਮਸ਼ੀਨ ਲੱਗੀ ਹੈਗੀ ਹੈ, ਤਾਂ ਜ਼ਰੂਰੀ ਗੱਲ ਹੈਗੀ ਕਿ ਇੱਕ MRI ਜਿਹੜੀ ਮਸ਼ੀਨ ਅਗਰ ਲੱਗੀ ਹੈ ਤਾਂ ਉਹਦੇ ਵਿੱਚ ਇਹਦੇ ਪੇਸ਼ੈਂਟ ਦੀ MRI ਅਸੀਂ ਨਹੀਂ ਕਰ ਸਕਦੇ, ਦੈਟ ਇਜ਼ ਨੈਕਸਟ ਟੂ ਇੰਪੋਸੀਬਲ, ਫੋਰ ਦੈਟ ਪੋਸੀਬਿਲਿਟੀ ਹੋ ਹੀ ਨਹੀਂ ਸਕਦੀ। ਤੁਸੀਂ ਹਰ ਬੰਦੇ ਨੂੰ ਇਹਦਾ ਮਤਲਬ ਕੋਈ ਨਾ ਕੋਈ, ਜਿਸ ਤਰ੍ਹਾਂ ਤੁਸੀਂ ਫੇਸਬੁੱਕ 'ਤੇ ਰਹਿ ਕੇ ਸਾਰੇ ਬੰਦਿਆਂ ਨੂੰ ਅਪਗ੍ਰੇਡ ਰਹਿੰਦੇ ਹੈਗੇ ਹੋ, ਤੁਹਾਡੇ ਕੋਲ MRI ਦੇ ਵੱਲੋਂ ਵੀ ਇੱਕ ਅਪਗ੍ਰੇਡੇਸ਼ਨ ਹੋਣੀ ਚਾਹੀਦੀ ਹੈ ਕਿ ਅੱਜ ਅਸੀਂ 10 MRI ਕਰ ਸਕਦੇ ਹਾਂ ਜਾਂ ਅੱਜ 15 MRI ਕਰ ਸਕਦੇ ਹਾਂ, ਪਲੀਜ਼ ਸਾਡੇ ਕੋਲ ਕੋਈ ਬੰਦਾ ਹਜੇ ਨਾ ਆਏ, ਕਿਉਂਕਿ MRI ਦੀ ਮਸ਼ੀਨ ਹਜੇ ਇੱਕ ਲੱਗੀ ਹੈਗੀ ਹੈ। ਔਰ ਜਿਸ ਤਰ੍ਹਾਂ ਅੱਜ ਇਹ ਹਕੀਕਤ ਰਾਏ ਦੇ ਮੈਂ ਘਰ ਆਇਆ ਹੋਇਆ, ਇਸੇ ਕਰਕੇ ਦਿਮਾਗ ਦੇ ਵਿੱਚ ਬਾਰ ਬਾਰ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਦਿਮਾਗ ਦੇ ਵਿੱਚ ਕਿਤੇ ਸੀਗੇ ਕਿ ਕਿਆ ਇਹਨਾਂ ਦੇ ਕਿਤੇ ਵੀਡੀਓ ਜਿਹੜੀ ਪਾਈ ਹੈ ਕਿਤੇ ਫੇਕ ਵੀਡੀਓ ਤੇ ਨਹੀਂ ਪਾਈ, ਮਗਰ ਨਹੀਂ। ਹੁਣ ਇਹ ਜ਼ਰਾ ਪੇਪਰ ਦਿਖਾਉਣਾ, ਜ਼ਰਾ ਇਹ ਪੇਪਰ ਚੁੱਕੋ ਦੇ ਸਾਰੇ, ਇਹ ਸਾਰੇ ਇਹਨਾਂ ਦੇ ਪੇਪਰ ਮੈਂ ਦੇਖ ਰਿਹਾ। ਤੁਸੀਂ ਦੇਖੋ ਕਿ ਇਹ ਤਾਂ ਆਪਣੇ ਗੁਰਦੁਆਰੇ ਦੀ ਹੋ ਗਈ, ਇਹਨਾਂ ਦਾ ਜਿਹੜਾ ਹੈਗਾ ਨਾ ਇਹਨਾਂ ਦਾ ਰੇਨੂ ਬੋਣ ਵਾਲਾ ਹੋ ਗਿਆ, ਇਹਨਾਂ ਦਾ ਜਿਹੜਾ ਐਕਸਰੇ ਹੋ ਗਿਆ, ਇਹਨਾਂ ਦਾ ਪੂਰਾ ਪੂਰਾ ਇਹ ਹਕੀਕਤ ਰਾਏ ਹੈਗਾ, ਇਹਦੇ ਬਾਅਦ ਜਿਹੜਾ ਇਹ ਦੂਜਾ ਐਕਸਰੇ ਇਹਨਾਂ ਦਾ ਹੋ ਗਿਆ। ਇੱਥੋਂ ਇਹ ਗੱਲ ਪਤਾ ਲੱਗਦੀ ਹੈ ਕਿ ਇਹ ਕਰਵਾਉਣ 'ਤੇ MRI ਗਏ ਸੀਗੇ,
मगर जदों इन्हां ने मैनू सवेरे पंजाबी दे विच गाला तो नहीं कढ़िया क्योंकि गाला मैनू तो कढ़ नहीं सकते मगर इन्हां ने मैनेजमेंट कमेटी नूं दोषी कितने ना कितने जरूर ठहराया। हुण मैं कहांगा कि एक बारी हकीकत जी कोलों भी जरा इन्हां दे बयान लो जी। हाँ मधु साहब असीं गल करना चाहुंदे सी, एक गल बड़ी अच्छी लगी कि हुण साथी भी समझ सोच के और तोल के ही गल करदे आ। जिदा तुसीं सानूं दस्सिया सी असीं घर दे विच आ के देखे आ, उन्हां दी परवरिश देखी है, लगता है कितने ना कितने मैनेजमेंट की कितने ना कितने कोई मिसटेक है? 200% मिसटेक हैगी जी। अगर बाई दी वे अगला बंदी अगर इत्थों दी जिस तरह अशोक नगर असीं हैगे इत्थे रामलीला मैदान के सामने इन्हां दा घर हैगा, देखो पता तो लगता ही है कि देखो इन्ने फाइनैशली इन्ने ज़्यादा साउंड तो नहीं लगती इत्थों दी। हुण जिहड़ा बंदा इत्थों जाएगा अगर कितने आटो करके जाएगा या टैक्सी करके जाएगा पैसे भी तो लग गए, उस तो बाद अगर उस बंदे नूं दस्सिया जाएगा कि भैया 4 महीने के बाद तुहाडा नंबर आएगा, वह कितने ना कितने एक बदनामी वाला तो घर हैगा ही हैगा। ये आपां इह चाहवांगे कि भैया बदनामी ना होवे। अज मैं क्यों आया इन्हां दे घर, तुसीं तुहानूं मैं क्यों कहा कि भाई इन्हां दे घर चलदे आ गया, इस करके मैं कहा कि किते ना किते कोई कोई बंदा कोई साजिश ते नहीं कर रहा। आपको क्या बोला? उन्होंने कहा जी 4 महीने से पहले आपकी कोई बुकिंग नहीं होगी, 4 महीने बाद आप आना, और मैं दर्द से करा रहा था, मेरे दर्द के मारे बुरे हाल है, मेरे को डॉक्टर ने कहा कि हमारा इकरा उसके अंदर क्लियर आएगा। मैं वहां पर इसलिए गया कि वहां पर उन्होंने कहा कि 50 रुपए में MRI होती है, यहां पर फतेहनगर के बाहर उनके बैनर भी लगे हुए हैं MRI के सब दिल्ली में सबसे सस्ती MRI बंगला साहब गुरुद्वारे में होती है। मैं यहाँ से देख कर गया, मैं कहा चलो वहां पर हो जाए कराऊंगा, बट उन्होंने मेरे को किसी ने ये भी कहा 850 1200 1400 बीच में MRI को ये भी कहा कि वहां तुम वहां पर MRI मेरी कर दो, पर उन्होंने कहा कि हम नहीं करें, अगर आप करवाना चाहते हो तो वहां के जो प्रबंधक हैं उनसे आप उनके लेटर पैड पर लिखवा के लाइए, तब हम कुछ कर सकते हैं। मैं बड़ा निराश होकर वहां से वापस आया हूं। हम ये पूछना चाहते थे, आप कितने दिनों से बीमार चल रहे हैं? मैं को सर 4 महीने हो गए हैं बीमार से, मैं बीमारी से जूझ रहा हूं, मेरे बुरे हाल है दर्द के मारे। किसने बताया सर कि आप गुरुद्वारा बंगला साहब चल जाइए वहां से सारा कुछ मेरे को होता है? कई लोगों से सुना था मैंने, यहां पर पोस्टर भी लगे हुए तुम्हारा संतपुरे गुरुद्वारे के बाहर पोस्टर लगे, आप जाके देख सकते हैं, कहते आप चाहे तो वहां के फोटो खिंचवा देता हूँ आपकी। नहीं नहीं ठीक है, वहां पर आपके 50 रुपए में आपका टेस्ट होता है। घर में फैमिली में कितने मेंबर हैं? हम फैमिली में मियां बीबी और मेरी बेटी है, वो घर का कोई और कमाने वाला नहीं, और कोई नहीं मेरे अलावा सर। तो असी इस गल दा बड़ा असी जो आप खुद आते हैं बड़ा मजबूर हो के गया था सर कि वहां पर मेरा 50 रुपए में मेरा काम में इतना अफोर्ड नहीं कर पाऊंगा कि मेरी इतनी ताकत नहीं है कि मैं कर सकूं, इसलिए मैं वहां पर पत्नी किस तरीके वहां पर पहुंचा मैं जी। तो ये दर्द को देख के तो वाकई साबित होता है कि वहाँ पर वो इंसानियत नहीं है, वहाँ पर सिर्फ एक नाम की चीज है कि वहाँ पर ये 50 रुपए क्या चीज, क्या धांधलीबाजी है वहाँ पर, मैं तो ये कहता हूँ। एक मिनट माता जी, हम आपसे भी बात करना चाहते थे कि क्या लगा है आपको, कितना मतलब आपको ठीक है? उन्होंने मना करा आगे, लेकिन ये देखो ना आप डाले, हमने नेट भी सर्च करा, वो कहते यहाँ पे है ही नहीं, लोग डाल देते अपने, लोग फेक करते हैं इसके अंदर। अब देखो इतनी कोई मजबूर है तो, लेकिन अब आज हम है कितने लोग वहाँ पे ऐसे आते होंगे जी, नहीं होता, आप सीधा मना कर रहे ना, देखो कितना उम्मीद लेके एक इंसान जाता है गुरुद्वारे पे जी, और वहाँ भी अगर ऐसा हो बाबा जी के गुरुद्वारे में तो देखो दिल तो टूटता है और रोना भी आता है, और कि मजबूरी है, कोई मजबूरी में जाता है, नहीं तो इसका होगा वो बाहर प्राइवेट क्यों नहीं, मेरी ताकत हो 10,000 में खर्च करता, पैसे खर्च करके प्राइवेट करा दो, बाहर ही पता करा दो, कहते हैं 8,000 में हमारे पास होता, हम प्राइवेट करा ही लेते, हम चाहते ही नहीं वहाँ पे। ये चीज से साबित होता है कि कहीं ना कहीं मैनेजमेंट दी कहीं ना कहीं मिस्टेक बहुत जबरदस्त है, जो दिखाते हैं वो होता नहीं है, जो होता है वो दिखाते नहीं। दुख भरी बात इस परिवार के साथ जथेदार टीवी, तो मैं समाज दिल के समाज अपने मुद्दल साहब का दिल से स्वागत करता हूँ कि बहुत बड़े समाज सेवक हैं जो इस चीज़ों पर नज़र भी रखते हैं, उनके काम भी कराते हैं, और इन पे एक जज्बा है कि कहीं ऐसा तो नहीं हो रहा कि एक कमेटी को कोई बदनाम कर रहा हो। मैं हूं शनेक सिंह पिंका, मेरे साथ वरुण जथेदार टीवी, अशोक नगर दिल्ली से।